ਢਾਡੀ ਗੁਰਪ੍ਰੀਤ ਸਿੰਘ ਅਠੂਰ ਤੇ ਵਾਹਿਗੁਰੂ ਪਾਲ ਸਿੰਘ ਬੁਰਜ ਕਲਾਰਾਂ ਪੇਸ਼ ਕਰਦੇ ਹਨ ਸਾਜਨ ਸਟੂਡੀਓ ਦੀ ਭੇਟ ਢਾਡੀ ਕੁਲਵੰਤ ਸਿੰਘ ਅਠੂਰ ਵਾਲਿਆਂ ਦੇ ਬੋਲ Oh.
ਅੱਜ ਪੀਰ ਸ਼ਰਮ ਪੀਰ ਬੈਠਾ ਗੁਰਪਾਹਰੀ ਅਰਜਣ ਕਾਇਆ ਪਲਟ ਕੇ ਮੋਰਤ ਹਰ ਕੋ ਪਿੰਡ ਸਵਾਰੀ ਚੱਲੀ ਪੀੜੀ ਸੁੱਟ ਗਿਆ ਰੂਪ ਦਿਖਾਵਣ ਬਾਰੇ ਬਾਰੀ ਦਲ ਭੱਜਣ ਗੁਰ ਸੂਰਮਾ ਬਦ ਜੋਧਾ ਭੋਪਾ ਨੂੰ ਪੁਕਾਰੀ ਛੇਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਸਥਾਨ ਤੇ ਪਹੁੰਚੇ ਗੁਰਮੁਖ ਪਿਆਰੀਆਂ ਗੁਰਸਿੱਖ ਸੰਗਤਾਂ ਬੋਲਣ ਦੀ ਪ੍ਰਵਾਨਗੀ ਦਿਓ ਔਰ ਜੋ ਵੀ ਸਮਾਂ ਮਿਲਿਆ ਸਹਿਬ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਨਗਾਈਏ ਔਰ ਇਸ ਨਗਰ ਹਠੂਰ ਨਗਰ ਦੀ ਤਾਂ ਸੰਗਤਾਂ ਦੇ ਬੇਸੀ ਉੱਤਮ ਭਾਗ ਨੇ ਜੋ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਮਨਾਉਂਦੇ ਚਾਰ ਪੰਜ ਛੇ ਮਾਰਚ ਔਰ ਦੀਵਾਨ ਮਹਾਂਪੁਰਸ਼ਾਂ ਦੇ ਸੰਤ ਸਿੰਘ ਵਿੱਚ ਇਸ ਮਹਾਨ ਕੁੰਭ ਵਿੱਚ ਇਸ਼ਨਾਨ ਕਰਨ ਦਾ ਸਮਾਂ ਮਿਲਦਾ ਔਰ ਸਾਡੀ ਰਸਨਾ ਪਵਿੱਤਰ ਕਰੋ ਗੱਜ ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਹੁਕਮ ਹੋਇਆ ਜੋ ਸਮਾਂ ਤੁਹਾਡੇ ਚਰਨਾਂ ਵਿੱਚ ਗੁਜ਼ਾਰਨਾ ਇਸੇ ਪਾਵਨ ਛੇਵੇਂ ਸਤਿਗੁਰੂ ਮੀਰੀ ਪੀਰੀ ਵਾਲੇ ਦੋ ਜਹਾਨ ਦੇ ਵਾਲੀ ਬ੍ਰਹਿਮੰਡ ਕੇ ਠਾਕਰ ਉਹਨਾਂ ਨੇ ਚਰਨ ਮੁਬਾਰਕ ਪਾ ਕੇ ਇਸ ਹਠੂਰ ਨਗਰ ਨੂੰ ਇੱਕ ਭਾਗਾ ਭਰਿਆ ਅਸਥਾਨ ਪਾਵਨ ਪਵਿੱਤਰ ਭੂਮੀ ਔਰ ਪਰੀਆਂ ਦਾ ਰੂਪ ਧਾਰ ਕੇ ਖੜ ਗਏ ਪੁਰੀਆਂ ਦਾ ਔਰ ਇੱਥੇ ਸਤਿਗੁਰੂ ਕਿਵੇਂ ਆਏ ਪਤਾ ਨੀ ਕਿੰਨੀਆਂ ਕੁ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸਾਂ ਹੋਣਗੀਆਂ ਉਹਨਾਂ ਗੁਰਮੁਖ ਪਿਆਰਿਆਂ ਦੀਆਂ ਜਿਹਨਾਂ ਦੀਆਂ ਅਰਦਾਸਾਂ ਬੇਨਤੀਆਂ ਅਰਜੋਈਆਂ ਸੁਣ ਕੇ ਸਤਿਗੁਰਾਂ ਨੇ ਅਠੂਰ ਨਗਰ ਵੱਲ ਔਰ ਚਾਲੇ ਪਾਏ ਆਪਣੇ ਚਰਨ ਕਮਲ ਪਾ ਕੇ ਔਰ ਧਾਮ ਪਵਿੱਤਰ ਕੀਤਾ ਮੈਂ ਉਸ ਸਮੇਂ ਦੀ ਗੱਲ ਕਰਾਂ ਪੰਚਮ ਪਾਤਸ਼ਾਹ ਦੋ ਜਹਾਨ ਦੇ ਵਾਲੀ ਔਰ ਉਹਨਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਛੇਵੀਂ ਪਾਵ ਰੱਖ ਕੇ ਇਸ ਤਖ਼ਤ ਤੇ ਬਿਰਾਜਮਾਨ ਹੋਈ ਤੇ ਸਤਿਗੁਰਾਂ ਨੇ ਭਾਈ ਗੁਰਦਾਸ ਜੀ ਦੇ ਬਾਬਾ ਬੁੱਢੇ ਜੀ ਨੇ ਉਹਨਾਂ ਨੂੰ ਜੋ ਸੋਹਣੀ ਟੋਪੀ ਦੀ ਮਰਜ਼ਾਦਾ ਪਹਿਨਾਈ ਜੋ ਪਹਿਨਾਉਣ ਲੱਗੇ ਮਹਾਰਾਜ ਜੀ ਨੇ ਕਿਹਾ ਉਹ ਕਹਿੰਦੇ ਬਾਬਾ ਜੀ ਹੁਣ ਸੋਹਣੀ ਟੋਪੀ ਦੀ ਜ਼ਰੂਰਤ ਨਹੀਂ ਹੈ ਹੁਣ ਤਾਂ ਮਾਲਾ ਦੇ ਥਾਂ ਤਾਂ ਤਲਵਾਰ ਔਰ ਸੋਹਣੀ ਟੋਪੀ ਦੇ ਥਾਂ ਦਸਤਾਰ ਇਹ ਪਹਿਨਾਓ ਤੇ ਬਾਬਾ ਜੀ ਨੇ ਭਾਈ ਗੁਰਦਾਸ ਜੀ ਨੇ ਇਹ ਮਹਾਰਾਜੇ ਨੂੰ ਪਹਿਨਾਈਆਂ ਦੋ ਤਲਵਾਰਾਂ ਪਹਿਨੇ ਮੀਰੀ ਦੀ ਤੇ ਪੀਰੀ ਦੀ ਜਿੱਥੇ ਅੱਜ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਕਾਸ਼ ਨੇ ਇਹਨੂੰ ਇੱਕ ਅਕਾਲ ਤਖ਼ਤ ਦਾ ਰੂਪ ਦਿੱਤਾ ਔਰ ਅਕਾਲ ਤਖ਼ਤ ਬਣਾਇਆ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੇ ਆਪ ਔਰ ਅਕਾਲ ਤਖ਼ਤ ਦੇ ਬਿਰਾਜਮਾਨ ਹੋਏ ਹੁਕਮਨਾਮੇ ਮਹਾਰਾਜ ਜੀ ਨੇ ਭੇਜੇ ਮਾਝਾ ਮਾਲਵਾ ਦੁਆਬਾ ਚੰਗੇ ਚੌੜੀਆਂ ਛਾਤੀਆਂ ਵਾਲੇ ਗੱਭਰੂ ਚੰਗੇ ਹਥਿਆਰ ਔਰ ਚੰਗੇ ਅਸਬ ਘੋੜੇ ਔਰ ਚੰਗੇ ਯੁੱਧੇ ਵਿੱਚ ਕੰਮ ਆਉਣ ਵਾਲੇ ਸਮਾਨ ਕਹਿੰਦੇ ਮਾਲਵੇ ਦੇ ਮਾਝੇ ਦੁਆਬੇ ਨੇ ਬਹੀਰੇ ਕੱਟ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਐਸ਼ੇ ਭਰਾ ਲਾ ਦਿੱਤੀਆਂ ਔਰ ਸਾਡੇ ਸਿੱਖਾਂ ਦੇ ਫੈਸਲੇ ਅਕਾਲ ਤਖ਼ਤ ਤੇ ਹੋਣ ਲੱਗੇ ਔਰ ਜਿਹੜੇ ਗੁਰੂ ਘਰ ਦੇ ਵਿਰੋਧੀ ਸੀ ਕਹਿੰਦੇ ਵੀ ਉਹ ਮੱਚ ਸੜ ਕੇ ਸਵਾਹ ਹੋ ਗਏ ਔਰ ਜਿਹੜਾ ਪਿੱਛੀ ਜੰਦ ਸੀ ਮਹਾਰਾਜ ਜਾਂਦਾ ਭਾਵੇਂ ਵੱਡਾ ਭਰਾ ਸੀ ਔਰ ਸਤਿਗੁਰਾਂ ਦੇ ਪੰਚਮ ਪਾਤਸ਼ਾਹ ਜੀ ਦਾ ਵੱਡਾ ਭਰਾ ਔਰ ਚੌਥੇ ਪਾਤਸ਼ਾਹ ਜੀ ਦਾ ਪੁੱਤਰ ਪਰ ਰਹਿ ਗਿਆ ਹਿਰਦੇ ਵਿੱਚੋਂ ਨਗੂਰਾ ਉਹਨੂੰ ਹਿਰਦੇ ਦੀ ਭਾਵਨਾ ਇਹ ਹੋਈ ਵੀ ਮੇਰੇ ਤੇ ਬਦਲਾ ਲੈਣਗੇ ਮਹਾਰਾਜ ਜੀ ਬਦਲੇ ਦੀ ਭਾਵਨਾ ਸੋਚ ਕੇ ਵਿਰੋਧ ਕਰਨਾ ਸ਼ੁਰੂ ਕਰਤਾ ਜਿਹੜਾ ਚੰਦੂ ਜਾਲਮ ਹੁੰਦਾ ਉਹ ਕਹਿੰਦਾ ਹੁੰਦਾ ਲਾਹੌਰ ਜਾਂ ਲਾਹੌਰ ਦੇ ਗਲੀਆਂ ਵਿੱਚ ਉਹ ਬਾਹਰ ਨਿਕਲਦਾ ਤੇ ਗੁਰਮੁਖ ਪਿਆਰੇ ਉਹਨੂੰ ਦੇਖ ਕੇ ਮੁੱਖ ਦੂਜੇ ਪਾਸੇ ਕਰ ਲੈਂਦੇ ਕਿਉਂ ਕਰ ਲੈਂਦੇ ਉਹ ਕਹਿੰਦੇ ਦੁਸ਼ਟਿਆ ਵਿਆ ਆਦਮੀ ਹੈ ਇਹਨੇ ਪੰਚੇ ਪਾਤਸ਼ਾਹ ਜੀ ਨੂੰ ਤੱਤੀਆਂ ਤਵੀਆਂ ਤੇ ਬਹਾਇਆ ਇਹ ਵਧੀਆ ਜਿਹੜੇ ਦਰਸ਼ਨ ਕਰਨੇ ਵੀ ਮਾੜੇ ਨੇ ਕਹਿੰਦੇ ਉਹ ਵੀ ਇਸ ਬਸ਼ਰਮੀ ਦਾ ਨਾਰਾ ਪਰਿਵਾਰ ਲੈ ਕੇ ਦਿੱਲੀ ਰਹਿਣ ਲੱਗ ਗਿਆ ਔਰ ਇੱਥੋਂ
ਪਿੱਛੀ ਚੰਦ ਨੇ ਆਪਣੇ ਪੁੱਤਰ ਨੂੰ ਸਾਰੀਆਂ ਗੱਲਾਂ ਸਮਝਾ ਕੇ ਕਹਿੰਦੇ ਦਿੱਲੀ ਵੱਲ ਤੋਰਦਾ ਅੱਗੇ ਜਾ ਕੇ ਮਿਹਰਬਾਨ ਪੁੱਤਰ ਪਿੱਛੀ ਚੰਦ ਦੇ ਲੜਕੇ ਨੇ ਔਰ ਚੰਦੂ ਜਾਲਮ ਦਾ ਪੁੱਤਰ ਕਰਮ ਚੰਦ ਨੂੰ ਲੈ ਕੇ ਔਰ ਬਾਦਸ਼ਾਹ ਸਮਰਾਟ ਦਿੱਲੀ ਜਹਾਂਗੀਰ ਦੇ ਪੇਸ਼ ਹੋ ਕੇ ਜਾ ਕੇ ਕੀ ਉਮਾਇ ਦਿੱਤੀ ਔਰ ਕਹਿੰਦੇ ਇਹ ਰਾਜ ਨੂੰ ਤੂੰ ਮਸਤ ਹੋਇਆ ਬੈਠਾ ਆਪਣੇ ਰਾਜ ਭਵਨਾਂ ਵਿੱਚ ਤੇਰੇ ਰਾਜ ਨੂੰ ਪਲਟਾ ਦੇਣ ਵਾਲੀ ਪਾਵਰ ਅੰਮ੍ਰਿਤਸਰ ਸਾਹਿਬ ਵਿੱਚ ਤਿਆਰ ਹੋ ਗਈ ਅੱਜ ਨਹੀਂ ਤਾਂ ਕੱਲ ਤੇਰੇ ਰਾਜ ਭਾਗ ਨੂੰ ਖਤਰਾ ਹੋ ਜਾਣਾ ਇੱਕ ਜ਼ਹਿਰ ਵਰਗੇ ਕੌੜੇ ਸ਼ਬਦ ਜਿਵੇਂ ਮਿਹਰਬਾਨ ਤੇ ਕਰਮ ਚੰਦ ਸਮਰਾਟ ਦਿੱਲੀ ਨੂੰ ਦੱਸਦੇ ਆ ਉਹ ਸਮੇਂ ਦੇ ਲੜਾਂ ਤੁਹਾਡੇ ਚਰਨਾਂ ਚ ਤੁਹਾਡੀ ਜੱਤਾ ਹੈ ਕਿਉਂ ਪੇਸ਼ ਕਰੂੰਗਾ ਬਾਈ ਬਾਬਾ।
योधे दारू रल विचकार कहने पातशाह हुण खैर नहीं तेरे राज दी। जदों ए आवाजा सुनिया पातशाह घबरा गया, कहने पातशाह दी पंतर अकबर पातशाह तो लेके एक ऐसी हंदी पारा दा खोजे होंदे गल करके समझाउण वाले, और सत्तर खान होंदे, बहत्तर अमराओ होंदे, निजामदीन औलिया सिकंदर शाह वर्गे होर अनेक अमीर वजीर होंदे। कहिंदे जिहड़ा सिकंदर शाह से उठ के खड़ा हो गया और कहिंदे राजे नूं घबराउण दी जरूरत नहीं है तैनूं कोई, असीं तेरे बादशाह दे पहरे राज दे पहरेदार, और उस बाबर नूं इत्थे दिल्ली मंगाओ किवें ना किवें उहनूं जलील करके मुसलमान बना देंगे। और बादशाह दे दो जरनैल सदे, एक वजीर खां ते एक कंचित बेग, और दोहां जरनैलां दे नाल जोधे दित्ते, और ड्यूटी उहनां दी लाई भी तुसीं जाओ अमृतसर साहब नूं, उस पावर नूं किसे बहाने इत्थे लेके आओ, जे ना आवे भावें तुहानूं राजसी पावर वरतणी पवे कोई। कहिंदे लैके जोधे वजीर खां वर्गे ने चाले पाते अमृतसर साहब नूं, पहुंच गए डेरे लाले बाहर जाके दो जरनैल महाराजां दे जंगां विच पहुंच गए, जिहड़ा दित्ता सी खत जहांगीर ने महाराजां दे चरणां विच पेश करता, अपनी मत बुद्ध अनुसार दुआ सलाम करके बैठ गए। जदों दीवान दी समाप्ति होई महाराजा ने परचा चक्के ते पढ़िया ते वजीर खां नूं कोले सद्दिया, वजीर खां आया उके आ गए, ओह कहिंदे तुहाडा की विचार है, जे तां तुसीं कहो बादशाह दा भरम खत्म करना है तां असीं जाण नूं तैयार ने, जे तुसीं कहो राजसी पावर वरतणी है फिर भी तुहानूं खुली छुट्टी है, चौदह रलां विच तार लो जो होगा सोचांगे। कहिंदे वजीर का हाथ जोड़ के खड़ गया, ओह कहिंदे भगवान असीं तां हुक्म है बादशाह दा, असीं तां बेनती इह करदे वी तुसीं साडे नाल चलो और बादशाह दा भरम खत्म कर दो, और जाण दीआं तैयारियां हो गईआं। हुक्म देता छेवीं पावर ने, चलांगे दिल्ली नूं, जहांगीर दा वहिम भरम खत्म कर देंगे। ਇਹ ਖਬਰਾਂ ਨੇ ਉਹ ਸਾਰੇ ਅੰਮ੍ਰਿਤਸਰ ਸਾਹਿਬ ਤੇ ਇੱਕ ਉਦਾਸੀ ਦੀ ਲਹਿਰ ਛਾ ਗਈ। ਜਦੋਂ ਮਾਤਾ ਗੰਗਾ ਜੀ ਨੂੰ ਪਤਾ ਲੱਗਿਆ, ਕਹਿੰਦੇ ਮਾਤਾ ਗੰਗਾ ਜੀ ਨੰਗੇ ਪੈਰੀ ਔਰ ਆਪਣੇ ਮਹਿਲੇ ਤੋਂ ਚੱਲ ਕੇ ਦਰਬਾਰ ਵਿੱਚ ਆ ਗਈ, ਛੇਵੇਂ ਪਾਤਸ਼ਾਹ ਨੂੰ ਪੁੱਕਲ ਵਿੱਚ ਲੈ ਕੇ ਘੁੱਟੀ ਜਾਂਦੀ ਹੈ ਔਰ ਚਿਹਰਾ ਉਦਾਸ ਹੈ। ਮਹਾਰਾਜਾ ਨੇ ਪੁੱਛਿਆ ਵੀ ਮਾਤਾ ਜੀ ਤੁਸੀਂ ਉਦਾਸ ਕਿਉਂ ਹੈ, ਉਹ ਕਹਿੰਦੇ ਬੇਟੇ ਤੁਸੀਂ ਕਿੱਥੇ ਨੂੰ ਤਿਆਰਾ ਕੀਤਾ, ਉਹ ਕਹਿੰਦੇ ਮਾਤਾ ਜੀ ਅਸੀਂ ਤਿਆਰਾ ਕੀਤਾ ਦਿੱਲੀ ਨੂੰ, ਔਰ ਜਹਾਂਗੀਰ ਨੇ ਸੱਦਿਆ ਅਸੀਂ ਗਏ ਤਾਂ ਆਏ। ਮਾਤਾ ਜੀ ਕਹਿੰਦੇ ਨੇ, ਉਹ ਕਹਿੰਦੀ ਪੁੱਤਰ ਨੂੰ ਕਿਹੜੀ ਮਾਂ ਹੋਵੇ ਤੁਹਾਨੂੰ ਜਰਬਾਰਿਆਂ ਕੋਲੇ ਤੋਰ ਦੇਵੇ, ਹਜੇ ਤਾਂ ਮੇਰੇ ਹਿਰਦੇ ਦੇ ਵਿੱਚੋਂ ਚੰਦੂ ਜਾਲਮ ਦੇ ਪੱਠਤ ਪਏ ਵੇ ਉਹ ਠੰਡੇ ਨਹੀਂ ਹੋਏ। ਨਿਸ਼ਾਨੀ
की कहना भला सेवक जे गुरु ग्रंथ साहिब दी बाणी चो होर आपां विचारना होवे सेवक ਪਤਾ ਸੀ ਉਹਨਾਂ ਨੂੰ ਵੀ ਇਹ ਪਾਵਰ ਨਾ ਤਾਂ ਭੱਜਣ ਵਾਲੀ ਹੈ
ना ये भजन लुके किसे पासे एदा पावर है रब्बी दरगाही इन्हां नूं दरबार विच ना लेके जाओ इन्हां नूं मजरू टले तारा कर दो इन्हां दा और मजरू टले तारा किया गया जिहड़े दोए दरबार से सम्राट जहांगीर कोल चले गए जाके आवाज दित्ती कहिंदे राजन जिहड़े राज पलटा देण वाली पावर सी ਉਹ ਆ ਗਈ ਔਰ ਮਜਰੂ ਟੱਲੇ ਬੈਠੀ ਜਦ ਮਜਰੂ ਟੱਲੇ ਆਖਿਆ ਕਹਿੰਦੇ ਸ਼ਾਮ ਹੋਈ ਔਰ ਰਾਤ ਤਾਂ ਗੁਜ਼ਾਰੀ ਦਿਨ ਚੜ੍ਹਿਆ ਦਰਬਾਰ ਲਾ ਗਿਆ ਦਰਬਾਰ ਦੇ ਵਿੱਚ ਔਰ ਰਾਜਨ ਨੇ ਸਾਰੇ ਅਹਿਲਕਾਰ ਵਜ਼ੀਰ ਅਮੀਰ ਔਰ ਖਾਨ ਅਮਰਾਓ ਖੋਜੇ ਸਭ ਸਾਡੇ ਦਰਬਾਰ ਵਿੱਚ ਉਹਦੇ ਵਿੱਚ ਕੰਦਰ ਸ਼ਾਹ ਵਰਗੇ ਨੇ ਆਵਾਜ਼ ਦਿੱਤੀ ਉੱਠ ਕੇ ਉਹ ਕਹਿੰਦੇ ਰਾਜਨ ਸਾਂਝੀ ਲਾ ਡਿਊਟੀ असी जाने मजरू टिले जलील करांगे ओ कहिंदे जाओ ऑर्डर है साडा तां कहिंदे दिल्ली दे दरबार चो चंडाल चौकड़ी चल पी महाराजां दे वल नूं रस्ते दे विच सोच रहे ने ओ कहिंदे गुरु नानक दे दरबार नूं तां सोचांगे भी पावर है कोई जां तां साडे नां लैके बुलाउण भी आ भाई फलाना साहिब बह जा साडे कोले और दूजी गल इन्हां दे घर विच तिहावल बनदा है कड़ा प्रसाद ओह सानू छकाओ तां असीं सोचांगे नहीं ओह सोचांगे कि गुरु नानक दी झूठ दी दुकान है और उधर जानी जान सतगुरु समाधि लई बैठे है इधर चंडाल चौकड़ी जिवें दिल्ली तों तुर के छेवें सतगुरां वालों मजी दे दिले वालों जांदी है ओह समें दे लैणा तुहाडे चरणां च क्यों पेश हो रही है ਤਾਰੇ ਨਹੀਂ
इतिहास के प्यार विच बहुत सारी माया आई है। मेरे सतगुरु कृपा करन छेवे नानक छेवी पावर अपने चरणों का प्यार बख्शन, सेवा करन का बल बख्शन, चढ़ती कलाकार अपने चरणों का प्यार बख्शन, सेवा करन का बल बख्शन। गुरसेवक सिंह जी पासी साहब साडे गुरु घर दे और प्रबंधक मैंबर उन्हां वल्लों 100 रुपए गुरु कृपा करन, चढ़ती कलाकार अपने चरणों का प्यार बख्शन। कवि तारा सिंह जी धांधले वाले इन्हां वल्लों बेहद प्यार मारे कृपा करन, चढ़ती कलाकार अपने चरणों का प्यार बख्शन। मन बिरती उत्थे लै चल गई और चंडाल चौंकड़ी दिल्ली के दरबार विचों चल के महाराज के चरणों में आ गई मजरूर दिल। अपनी मतपत अनुसार दुआ साहब करके वेगी जानी जान छेवे सतगुरु आवाज दी, कहते निजाम जी ने आ और आ जा साडे कोल इत्थे बह जा। कहते सिकंदर शाह तू भी आ जा, दोहां नूं कोले बहा लिया। अद्धी तां फूक जी निकल गई और बाबा जी नूं दसता कहते संगत नूं प्रसाद छकाओ, कड़ा प्रसाद और जिहड़ी हवा सी सारी दूर हो गई और उन्हां दा चंडाला दा जिहड़े पापी हिरदे सी उन्हां दा बहि भरम दूर करना सी महाराज जी ने। कहते नाल दी पैंदी जमना मजनू टल्ले ने, मजनू टल्ले तो तकरीबन 15 किले की पाठ से दूजा किनारा सुके अंबर के पिछों बिजली कड़की, बिजली जो बिजली कड़की सब की टिक टिकी उस बिजली की लिशक वल गई। कहते पिछों हुई लड़की पैदा, जेड़ी लड़की पैदा हुई सारे देख रहे कहते चिट्टे तो बस्तर उसके और लंबे लंबे केस पिछा सीटे वे और पानी से तुरी आवे, पानी से जो पानी से तुरी आवे और अनहद राग की धुनी हर एक ने कन्ने विच बजनी शुरू हो गई। जेड़े पंडित मुला मलाने काजी हंकारी सी वो सोचते ने, वो कहते कोई साजी नहीं दिस रहा, साज बजाउण वाला नहीं दिस रहा और राग की धुनी आ रही है। एक कुड़ी पानी दे तो रही है, होई बिजली विचों पैदा, ये तो कोई चांस है। जिन्हां नूं हंकार सी कहिंदे भजन दी तैयारियां कर लिया दरबार चो, मैं तुहाडे चरणां विच पेश करा। एक जिवें देवी सुरगां दे विचों आउंदी है, छेवें सतगुरां दे चरणां विच सीस झुकाउंदी है। जिहड़े दरबाणे सी कहिंदे सिकंदर शाह वर्गे नेड़े हो के कहिंदे ने, ਉਹ ਕਹਿੰਦੇ ਮਹਾਰਾਜ ਜੀ ਤੁਹਾਡੇ ਘਰ ਦੇ ਵਿੱਚ ਕਰਾਮਾਤ ਦਿਖਾਉਣੀ ਕਹਿਰ ਦਾ ਨਾਂ ਹੈ ਔਰ ਤੁਸੀਂ ਕਰਾਮਾਤ ਕਿਉਂ ਦਿਖਾਈ? ਛੇਵੇਂ ਸਤਿਗੁਰੂ ਕਹਿੰਦੇ ਸੁਣੋ ਮੇਰੀ ਗੱਲ, ਕਹਿੰਦੇ ਤੁਸੀਂ ਜਦੋਂ ਦਰਬਾਰ ਚੋਂ ਤੁਰੇ ਹੈ ਉਦੋਂ ਤੁਹਾਡੇ ਦਿਲ ਦਿਮਾਗ ਵਿੱਚ ਇਹ ਗੱਲ ਸੀ ਵੀ ਸਾਡਾ ਨਾਂ ਲੈ ਕੇ ਬੁਲਾਉਣ, ਸਾਨੂੰ ਕੜਾਹ ਪ੍ਰਸ਼ਾਦ ਛਕਾਉਣ, फिर असी सोचांगे कोई पावर है, नहीं तो यूं सोचांगे वे गुरु नानक दी झूठ दी दुकान है। वो कहते सानू कह लेते जो मर्जी पर जब तुसीं गुरु नानक नूं कहा असी ये नहीं चक सकते, ये पावर तां दिखाउणी पई।
एक इहदे विच सीन आउंदा नानक सर वाले महापुरश संत बाबा ईसर सिंह जी कलकत्ते दीवान लगे उत्थे एक शाली सरकार अज भी मौजूद है जादूगरां दी कहिंदे दरबार तों बाद कछ देख के वह जादूगर आ गया वह कहिंदा मैं जादू दिखाउणा संतां दे सुभाए ऐसे कहिंदे दिखा लै भाई जो जादू दिखाया उन्हें जिहड़ी अपनी लड़की सी ओदी धौण वढ के पासे ऐसे करती धर तों वख करती और आवाज दे दी डुगडुगी बजा के वह कहिंदे दुनिया ते जादू तों बिना कोई चीज नहीं है नाल ये भी कहता कहते गुरु नानक बहुत बड़े जादूगर सी रब दे प्यारे दा गुस्सा आऊगा कहते उन्होंने जादू फेल करता उदा और कहते तू गुरु नानक नूं जादूगर दसे जा तेरा जादू नहीं चलूगा जो जादू फेल होया कुड़ी जिउंदी ना होवे कहते उस साली सरकार दियां जादूगर दियां पप्पा निकल गईआं बच गए महापुरशां कोल चलिया गया और कहते महाराज जी मैनू बचाओ संत बाबा ईसर सिंह जी नानक सर वाले कहते ने और कहते जादूगर तू आवाज दिने गुरु नानक सब तो बड़े जादूगर सी और गुरु नानक लाही जोत रबी पावर तू जादूगर नहीं लाते ए तेरा जादू नहीं चलूगा जदों बाज दिती जादू नहीं चलूगा ते भज के चरनी जा डिगया ते महाराज ने बख्शा उहनूं और कहा भी संगत तों माफी मंग सारी संगत तों माफी मंग के कुड़ी जिउंदी हो गई चलिया गया कहिंदे दूजे दिन कलकत्ते दीआं संगतां ने बेनती करती महापुरशां ओह कहिंदे महाराज जी जादू दसां पावरां ने नहीं दिखाया तुसीं क्यों दिखाया उत्थे महापुरशां ने एक शब्द कहा ਉਹ ਕਹਿੰਦੇ ਸੁਣੋ ਗੱਲ ਕਹਿੰਦੇ ਬਾਪ ਬੈਠਾ ਹੋਵੇ ਔਰ ਕੋਈ ਦਰਬਾਰਾ ਬਾਪ ਦੀ ਪੱਗ ਨੂੰ ਹੱਥ ਪਾ ਲੈ ਤੇ ਪੁੱਤਰ ਦੇ ਹੱਥ ਵਿੱਚ ਰਵਾਲਵਾਲ ਹੋਵੇ ਉਹ ਕਹਿੰਦੇ ਗੋਲੀ ਨਹੀਂ ਮਾਰਦਾ ਉਹਦੇ ਕਹਿੰਦੇ ਲਾਹਣ ਤਾਂ ਉਸ ਪੁੱਤ ਨੂੰ ਮਰ ਜਾਣਾ ਚਾਹੀਦਾ ਲਾਹਣ ਤੇ ਬਾਪ ਦੀ ਪੱਗ ਨੂੰ ਹੱਥ ਪਾਈ ਖੜੇ ਤੇ ਪੁੱਤ ਚੁੱਪ ਕੀਤਾ ਖੜਾ ਉਹ ਕਹਿੰਦੇ ਇਹਨੇ ਗੁਰੂ ਨਾਨਕ ਨੂੰ ਇਹ ਆਵਾਜ਼ ਦਿੱਤੀ ਜਾਦੂਗਰ ਸਾਥੋਂ ਨਹੀਂ ਚੱਲਿਆ ਗਿਆ ਇਹ ਪਾਵਰ ਤਾਂ ਦਿਖੋਈ ਪਈ ਛੇਵੇਂ ਸਤਿਗੁਰੂ ਕਹਿੰਦੇ ਉਹ ਕਹਿੰਦੇ ਜਰਬਾਣਿਓ ਪਾਵਰ ਨਹੀਂ ਸੀ ਦਿਖਾਉਣੀ ਇਹ ਲੜਕੀ ਨਹੀਂ ਸੀ ਆਉਣੀ ਔਰ ਇਹ ਪਾਵਰ ਤਾਂ ਦਿਖਾਉਣੀ ਪਈ ਤੁਸੀਂ ਇਹਦਾ ਹਿਰਦੇ ਵਿੱਚ ਧਾਰ ਲਿਆ ਸੀ ਵੀ ਇਹ ਝੂਠ ਦੀ ਦੁਕਾਨ ਹੈ ਔਰ ਮੈਂ ਇਹ ਵੀ ਬੇਨਤੀ ਕਰਾਂ ਛੇਵੇਂ ਸਤਿਗੁਰੂ ਦੋ ਜਹਾਨ ਦੇ ਵਾਲੀ ਜਿਵੇਂ ਉਹਨਾਂ ਮਲਾਣਿਆਂ ਨੂੰ ਕਹਿੰਦੇ ਨੇ ਜਿਹੜਾ ਧਰਮ ਹੈ ਇਹ ਸ਼ਕਤ ਤੋਂ ਬਿਨਾ ਨਹੀਂ ਬਚ ਸਕਦਾ ਬਚਦਾ ਧਰਮ ਸ਼ਕਤੀ ਬਗੈਰ ਨਾ ਉਹ ਸਮੇਂ ਦੇ ਚਾਰ ਤੁਹਾਡੇ ਚਰਨਾਂ ਚ ਹਥੂਰ ਵਾਲਾ ਧਰ ਜਾਂਦਾ ਹੈ Oh
आवाज छेवें सतगुरां ने दिती और कहने पठानो ये धर्म दे नाल तलवार भी चाहिए है इहदी रखिआ खातर तां धर्म बच सकदा है नहीं धर्म नहीं बच सकदा। मैं इन्ना कुछ कहिंदा खिमां दा जा चुका है और जो समा मिलिया तुहाडे चरणां विच गुजारिया सतगुरु कृपा कर जिवें शेर दा शिकार कीता और लड़की कौन सी। मैं ये दो गल्लां करके माफी मंग जांगा छेवें सतगुरां ने उन्हां दा और जिहड़ा हिरदे दा पर्दा सी भरम दा दूर कीता। उह कहिंदे लड़की जो चौथी पाव चौथे पातशाह और सरोवर की कार सेवा करवाउंदे सी इह काबल चो रोज आउंदी रोज काबल चो और शाम नूं चार बजे सेवा करदी कार सेवा करदी ते काबल नूं मग जांदी ते कई बार टोकरा सिते हुंदा कार सेवा दा खड़ के दोए हथ ऐ हलाउंदी ਕਿਤੇ ਖਿਲਖਿਲ ਕਰਕੇ ਹੱਸ ਪੈਂਦੀ। ਮਹਾਰਾਜ ਨੂੰ ਕਿਹਾ ਬੇਨਤੀ ਕੀਤੀ ਵੀ ਇਹ ਕੌਤਕ। ਮਹਾਰਾਜ ਨੇ ਲੜਕੀ ਨੂੰ ਲਿਆ ਕੇ ਸਨਮੁਖ ਕਰਤਾ ਸੰਗਤ ਦੇ ਕਹਿੰਦੇ ਬੇਟੀ ਇਹ ਸਹੀ ਦੱਸ ਦੇ। ਉਹ ਬੇਟੀ ਨੇ ਦੱਸਿਆ ਸਤਿਗੁਰੂ ਮੈਂ ਉਧਰੋਂ ਪ੍ਰਸ਼ਾਦਾ ਪਾਣੀ ਛਕਾ ਕੇ ਆਪਣੇ ਪੁੱਤਰ ਨੂੰ ਸੀਰ ਚੜ੍ਹਾ ਕੇ ਔਰ ਪੰਘੂੜੇ ਵਿੱਚ ਪਾ ਕੇ ਤੁਹਾਡਾ ਧਿਆਨ ਧਰ ਕੇ ਕਾਬਲ ਚ ਆ ਜਾਂਦੀ ਹੈ ਔਰ ਸਾਰੀ ਦਿਹਾੜੀ ਕਾਰ ਸੇਵਾ ਕਰਦੀ ਹੈ ਔਰ ਜੇ ਮੈਨੂੰ ਉੱਥੇ ਰੋਂਦਾ ਹੈ ਮੈਨੂੰ ਇੱਥੇ ਪਤਾ ਲੱਗ ਜਾਂਦਾ ਮੈਂ ਭਗੋੜੇ ਨੂੰ ਝੂਟਾ ਦੇ ਦਿੰਦੀ ਹੈ ਤੁਹਾਡਾ ਓਟ ਆਸਰਾ ਲੈ ਕੇ ਤੇ ਬੱਚਾ ਰੋਵ ਹਰ ਜਾਂਦੇ ਮੈਂ ਕਾਰ ਸੇਵਾ ਕਰਨ ਲੱਗ ਜਾਂਦੀ ਸ਼ਾਮ ਨੂੰ ਮੈਂ ਪਤੀ ਪਰਤੇ ਉਧਰ ਆਪਣੇ ਪਤੀ ਦਾ ਧਿਆਨ ਧਰਦੀ ਹੈ ਤੇ ਉਸ ਜਗ੍ਹਾ ਚਲੀ ਜਾਂਦੀ ਹੈ। ਛੇਵੇਂ ਸਤਿਗੁਰਾਂ ਨੇ ਇਹ ਸੀਨ ਉਸ ਦਿੱਲੀ ਦੇ ਦਰਬਾਰਿਆਂ ਨੂੰ ਉਹ ਮਗਲਾਰਿਆਂ ਨੂੰ ਉਹਨਾਂ ਹੰਕਾਰੀਆਂ ਨੂੰ ਉਹਨਾਂ ਦਾ ਹਿਰਦਾ ਜੇ ਸਾਫ਼ ਕਰਨਾ ਸੀ ਔਰ ਜਹਾਂਗੀਰ ਦੇ ਦਿਲ ਦਾ ਭਰਮ ਦੂਰ ਕਰਨ ਦੀ ਖਾਤਰ ਇਹ ਸਤਿਗੁਰਾਂ ਨੇ ਸੀਨ ਦਿਖਾਇਆ ਔਰ ਜਿਵੇਂ ਅੱਗੇ ਸ਼ੇਰ ਦਾ ਸ਼ਿਕਾਰ ਕੀਤਾ ਮੰਜ਼ਲਾਂ ਦੂਰ ਨੇ ਇਹਨਾਂ ਕੁਛ ਕਹਿੰਦੇ ਖੇਮਾਂ ਦੇ ਜਾ ਚੁੱਕਾ ਬੇਅੰਤ ਪਿਆਰ ਆਇਆ ਸੰਗਤਾਂ ਵੱਲੋਂ ਮਾਇਆ ਦਾ ਸਤਿਗੁਰੂ ਕਿਰਪਾ ਕਰਨ ਦੋ ਜਹਾਨ ਦੇ ਵਾਲੀ ਚੜ੍ਹਦੀ ਕਲਾ ਕਰਨ ਔਰ ਸਾਡੇ ਪਰਮ ਪਿਆਰੇ ਵੀਰ ਗੁਰਪ੍ਰੀਤ ਸਿੰਘ ਜੀ ਔਰ ਢਾਡੀਆਂ ਦੀ ਦੁਨੀਆਂ ਵਿੱਚ ਉਹਨਾਂ ਵੱਲੋਂ ਬੇਅੰਤ ਸਤਿਕਾਰ ਸਾਰੀ ਸੰਗਤ ਨੂੰ ਜੀ ਆਇਆ ਕਹਿੰਦਾ ਹੋਇਆ ਖੇਮਾ ਚਾਹੁੰਦਾ ਸਾਥੀ ਲਖਵਿੰਦਰ ਸਿੰਘ ਜੀ ਬੀ ਏ ਅਵਲ ਖਰਾੜਾ ਮਲੋਟ ਔਰ ਸਾਥੀ ਸੁਰਿੰਦਰਪਾਲ ਸਿੰਘ ਜੀ ਗਿੱਲ ਔਰ ਪਾਣਾ ਮੁਕਤਸਰ ਸਾਹਿਬ ਸਰੰਗੀ ਦੇ ਸੇਵਾ ਨਿਭਾ ਰਹੇ ਭਾਈ ਅਜਮੇਰ ਸਿੰਘ ਜੀ ਕੋਟਲਾ ਰਾਇਕਾ ਨਜ਼ਦੀਕ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ ਦਾਸ ਭਾਈ ਕੁਲਵੰਤ ਸਿੰਘ ਦਿਓਲ ਪਿੰਡ ਹਥੂਰ ਔਰ ਇਹਨਾਂ ਕੁਛ ਕਹਿੰਦੇ ਖੇਮਾਂ ਦੇ ਜੱਜ ਪਿਆਰ ਦਾ ਹੰਗਾਰਾ ਦਿਓ ਗੱਜ ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।